ਬਜ਼ੁਰਗੋ, ਮੇਰੀਆਂ ਮਾਵਾਂ ਭੈਣਾਂ, ਆਓ ਸਾਰੇ ਰਲ ਕੇ ਫਤਿਹ ਦੇ ਸਾਲ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਥੀਓ, ਮੈਂ ਮਾਨ ਸਾਹਿਬ ਵੱਲੋਂ ਮਾਫੀ ਮੰਗਦਾ ਵੀ ਉਹ ਇਸੇ ਪਿੰਡ ਚ ਨਹੀਂ ਪਹੁੰਚ ਸਕੇ, ਹੁਣ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਨਗੇ ਹੁਣੇ। ਕਾਰਨ ਕੀ ਏ, ਮਾਨ ਸਾਹਿਬ ਨੇ ਪਹੁੰਚਣਾ ਸੀ ਮੌਕੇ, ਬਹੁਤ ਜ਼ਰੂਰੀ ਮੀਟਿੰਗ ਸੀਗੀ ਤੁਹਾਡੇ ਵਿਚਕਾਰ ਆਉਣਾ ਸੀਗਾ, ਮਾਇੰਡ ਨਾ ਕਰਿਓ, ਹੁਣੇ ਤੁਹਾਡੀ ਗੱਲ ਕਰਾਉਣੇ ਆ। ਇੱਕ ਮਿੰਟ ਰੁਕ ਜਾਓ, ਸਿਰਫ ਇੱਕ ਨੰਬਰ ਬਟਨ ਹੈ, ਚੋ ਨਿਸ਼ਾਨ ਝਾੜੂ। ਟੀਵੀ ਤੇ ਮੈਂ 10 ਵਜੇ ਕਿਤੇ ਡਿਬੇਟ ਚ ਪੈਣਾ ਸੀਗਾ ਤੇ ਕੰਧ ਵਾਲਾ ਰਹਿ ਗਿਆ, ਤੇ ਮੈਂ ਦੁਬਾਰਾ ਜਦੋਂ ਜਲਾਲਾਬਾਦ ਹਲਕੇ ਚ ਐਂਟਰੀ ਹੋਊਗੀ ਤਾਂ ਸਿੱਧਾ ਕੰਧ ਵਾਲੇ ਆਊਗਾ। ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਤੇ ਮੱਥਾ ਟੇਕਾਂਗੇ, ਤੇ ਨਾਲੇ ਮੈਂ ਕਹਿਤਾ ਜਿਹੜਾ ਪੰਜਾਬੀ ਬੋਲਣ ਦਾ ਰੌਲਾ ਚੱਲਦਾ ਸੀ, ਇਹ ਬੱਲੇ ਬੱਲੇ ਕਰਾਉਣੀ ਆ ਤਾਂ ਬੁੱਲੇ ਸ਼ਾਹ ਨਾਲ, ਜੇ ਗੁੱਬੇ ਖਾਣੀ ਕਰਾਉਣੀ ਆ ਤਾਂ ਅਮਿਤ ਸ਼ਾਹ ਨਾਲ। ਸਾਡੇ ਹਲਕੇ ਚ ਪਿੰਡ ਹੈ ਬੜਵਰ, ਬੜਵਰ ਦੇ ਵਿੱਚ ਵੀ ਉਹਨਾਂ ਨੇ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਬਣਾਈ ਹੋਈ, ਉਸੇ ਪਿੰਡ ਵੀ ਆਏ ਹੋਏ ਨੇ ਉਹ। ਤੇ